तुहानू रहे अनाज मंडी रामपुरा विखे। बिल्कुल आसमान दे विच मालक हवाले फसलां। इस बार दस्या जा रहा है कि झाड़ ऑलरेडी घट निकलिया, किसान सोची पिया होया, पर जिन्नी क निकली है फसल उन्नी का पई है। तुहानू होर तस्वीरां दिखाउने आ, होर लैके चलदे आ अगे। पुख्ता प्रबंध हर बार कहा जाता है सरकारां वल्लों कि पुख्ता प्रबंध ने, पर तुसी देख सकते हो कि किन्ने क प्रबंध ने, किन्ने क प्रबंध ने। खुले समान थले कणक दे अंबार, खुले समान थले कणक दे अंबार, सीधियां तस्वीरां। पहले ही झाड़ कट, उपरों रब दी मार। ਤੁਸੀਂ ਦੇਖ ਸਕਦੇ ਹੋ ਵੀ ਮੀਂਹ ਪੈ ਰਿਹਾ ਹੈ ਅਤੇ ਅਸੀਂ ਮੀਂਹ ਵਿੱਚ ਦੀ ਅੱਗੇ ਪਹੁੰਚ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ। ਲਾਲ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਹੈ ਜੀ ਤੁਸੀਂ? ਇੱਥੇ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ? ਸਾਨੂੰ 5 ਦਿਨ ਹੋ ਗਏ ਜੀ। ਕੀ ਜਿਵੇਂ ਸਰਕਾਰ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ, ਅਤੇ ਕਣਕਾਂ ਘੱਟ ਨਿਕਲੀਆਂ ਵੀ ਮੰਡੀ ਦੇ ਵਿੱਚ ਵੀ ਬੈਠਣ? ਹਾਲ ਤਾਂ ਜੀ ਕੁਛ ਨਹੀਂ ਪਿਆ। ਦੇਖੋ ਅਸੀਂ ਪਰੇਸ਼ਾਨ ਹੁੰਦੇ ਹਾਂ ਪਾਣੀ ਤੋਂ ਵੀ ਹੁੰਦੇ ਹਾਂ, ਬਾਕੀ ਉਰਾਂ ਪੁਰਾਂ ਤੋਂ। ਜਦ ਕੋਈ ਧੁੱਪ ਜ਼ਿਆਦਾ ਹੁੰਦੀ ਹੈ, ਕੋਈ ਅਹੀਦਾਂ ਥੱਲੇ ਬਹਿੰਦਾ ਜੀ, ਕੋਈ ਦਰੱਖਤਾਂ ਥੱਲੇ ਬਹਿੰਦਾ, ਕੋਈ ਇੰਤਜ਼ਾਮ ਹੈ ਨਹੀਂ ਜੀ। ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ? ਦੇਖੋ ਜੀ, ਜੋ ਐਸਾ ਹੀ ਕਹਿੰਦੇ ਵੀ ਸਾਨੂੰ ਟਾਈਮ ਸਿਰ ਘਰ ਭੇਜੋ, ਟਾਈਮ ਨਾਲ ਫਸਲ ਦਾ ਸਾਡਾ ਉਹ ਕਰੋ, ਛੁਟਕਾਰਾ ਕਰੋ, ਆਹ ਗੱਲ ਹੈ ਜੀ। ਪਰ ਕੁਝ ਏਜੰਸੀਆਂ ਨੇ ਜਿਹੜਾ ਕਈ ਦਿਨਾਂ ਤੋਂ ਕਿਹਾ ਕਿ ਅਸੀਂ ਕਣਕ ਨਹੀਂ ਖਰੀਦਾਂਗੇ, ਕੀ ਲੱਗਦਾ ਤੁਹਾਨੂੰ ਤੁਹਾਡੀ ਕਣਕ ਹੈ ਜਿਹੜੀ ਉਹ ਵਿਕੂਗੀ ਜਲਦੀ? ਬਾਕੀ ਹੁਣ ਕੀ ਕਹਿ ਸਕਦਾ, ਕੁਛ ਨਹੀਂ, ਉਹਨਾਂ ਰੱਬ ਦੇ ਘਰ ਦਾ ਕੀ ਪਤਾ ਜੀ। ਸਾਨੂੰ ਕਹਿੰਦੇ ਸੀ ਅਸੀਂ ਵੀ ਛੋਟਾ ਨਿਬੇੜਾਂਗੇ, ਆਹ ਕੰਮ ਛੋਟੀ ਜਲਦੀ ਭੇਜਾਂਗੇ, ਮੁੜ ਕਿਹਾ ਦਿਨ ਆ ਗਏ ਜੀ। ਹੁਣ ਖਬਰ ਆ ਉੱਤੋਂ ਕਿੰਨਾ ਟਾਈਮ ਲਾਉਣ ਨਾ ਲਾਉਣ। ਤੁਹਾਡਾ? ਮੇਰਾ ਨਾਮ ਜਗਮੇਲ ਸਿੰਘ ਜੀ। ਜਗਮੇਲ ਸਿੰਘ ਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ 'ਚ ਬੈਠੇ? 5 ਦਿਨ ਹੋ ਗਏ ਜੀ ਮੰਡੀ 'ਚ ਬੈਠੇ। ਕੀ ਕਹਿਣਾ ਚਾਹੁੰਦੇ? ਕੋਈ ਸਰਕਾਰ ਕਹਿ ਰਹੀ ਸੀ ਕਿ ਅਸੀਂ ਕਿਸਾਨਾਂ ਨੂੰ 48 ਘੰਟਿਆਂ ਦੇ ਵਿੱਚ ਫ੍ਰੀ ਕਰਕੇ ਘਰ ਨੂੰ ਭੇਜਾਂਗੇ। ਪਤਾ ਨਹੀਂ ਸਰਕਾਰ ਕਹਿੰਦੀ ਤਾਂ ਹੈਗੀ ਜੀ, ਪਰ ਹੁਣ ਸਾਨੂੰ 5 ਦਿਨ ਹੋ ਗਏ ਨਾ, ਅਜੇ ਵੀ ਸਾਨੂੰ ਸਾਡੇ ਜਿਵੇਂ ਪਈ ਹੈ ਜਿਉਂ ਦੀ ਤਿਉਂ ਪਈ ਹੈ ਕਣਕ। ਮੌਸਮ ਖਰਾਬ ਹੋ ਚੁੱਕਿਆ, ਤੁਹਾਡੀਆਂ ਢੇਰੀਆਂ ਵੀ ਨੰਗੀਆਂ ਹੋ ਚੁੱਕੀਆਂ ਪਈਆਂ ਨੇ, ਕੀ ਢੇਰੀਆਂ ਤੁਹਾਨੂੰ ਵੀ ਫ੍ਰੀ ਹੋ ਜਾਓਗੇ ਤੁਸੀਂ ਜਲਦੀ? ਦੇਖੋ ਜੀ ਹੁਣ ਕੀ ਬਣਦਾ, ਮੌਸਮ ਜ਼ਿਆਦਾ ਖਰਾਬ ਹੈ ਜੀ, ਹੁਣ ਤਾਂ ਇਹਨਾਂ ਦਾ ਹੀ ਨਹੀਂ ਪਤਾ ਵੀ ਕਦ ਆਉਣ ਜਾਂ ਕਦ ਨਾ ਆਉਣ। ਜੇ ਮੌਸਮ ਤੋਂ ਪਹਿਲਾਂ 5 ਦਿਨ ਪਹਿਲਾਂ ਹੀ ਸਾਨੂੰ ਲੰਘ ਗਏ, ਹੁਣ ਗਿੱਲੀ ਹੋਈ ਤਾਂ ਕੀ ਪਤਾ ਕਿਵੇਂ ਕਰਨਗੇ। ਤੁਹਾਨੂੰ ਤੁਸੀਂ ਉੱਤੇ ਪੱਲੀਆਂ ਲਈਆਂ ਨੇ, ਕੀ ਆੜਤੀਆਂ ਵੱਲੋਂ ਕੋਈ ਜਾਂ ਮੰਡੀ ਬੋਰਡ ਵੱਲੋਂ ਕੋਈ ਸਹੂਲਤ ਦਿੱਤੀ ਗਈ ਹੈ ਤੁਹਾਨੂੰ ਇੱਥੇ ਰਹਿਣ ਦੀ? ਨਾ ਜੀ, ਇੱਥੇ ਕੋਈ ਸਹੂਲਤ ਨਹੀਂ ਹੈਗੀ ਜੀ, ਨਾ ਕੋਈ ਤੰਬੂ ਹੈ, ਅਸੀਂ ਬਸ ਜਿਵੇਂ ਪੱਲੀਆਂ ਨਾਲੇ ਮੀਂਹ ਲੰਘੇ ਉੱਪਰ ਦੀ ਸਾਡੇ।